ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਜਸਮੀਤ ਭਾਟੀਆ ਇੱਕ ਵਾਰੀ ਫਿਰ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਤੁਹਾਡੇ ਵਾਸਤੇ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ, ਜਿਹੜੀ ਕਿ ਸਟੂਡੈਂਟਸ ਤੱਕ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਨੂੰ ਪਤਾ ਹੀ ਹੋਣਾ, ਲੈਂਡਮਾਰਕ ਇਮੀਗ੍ਰੇਸ਼ਨ ਪਿਛਲੇ 13 ਸਾਲਾਂ ਤੋਂ ਸਟੂਡੈਂਟ ਵੀਜ਼ਾ ਸਰਵਿਸਿਜ਼ ਦਿੰਦਾ ਆ ਰਿਹਾ ਔਰ ਸਟੂਡੈਂਟਸ ਨੂੰ ਸਹੀ ਤਰੀਕੇ ਗਾਈਡ ਕਰਦਾ ਰਿਹਾ। ਸੋ ਅੱਜ ਇੱਕ ਇੰਪੋਰਟੈਂਟ ਟੌਪਿਕ ਡਿਸਕਸ ਕਰਾਂਗੇ ਕਿ ਜਿਹੜੇ ਫੰਡਸ ਮੈਂਸ਼ਨ ਹੈਗੇ ਆ 2-stage ਵੀਜ਼ਾਸ 'ਚ, ਉਹਦੀ ਕੀ ਰਿਕੁਆਇਰਮੈਂਟ ਹੈ ਔਰ ਉਹ ਕਿਸ ਸ਼ੇਪ ਵਿੱਚ ਅਸੀਂ ਸ਼ੋਅ ਕਰ ਸਕਦੇ ਹਾਂ। ਪਰ ਵੀਡੀਓ ਦੇਖਣ ਤੋਂ ਪਹਿਲਾਂ ਸਾਡਾ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਅਪਡੇਟਡ ਇਨਫੋਰਮੇਸ਼ਨ ਮਿਲਦੀ ਰਹੇ ਔਰ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨਸ ਆਉਂਦੀਆਂ ਰਹਿਣ। ਸੋ ਸਟਾਰਟ ਕਰਦੇ ਹਾਂ ਫੰਡਸ ਨੂੰ ਲੈ ਕੇ, ਕਿਉਂਕਿ ਸਟੂਡੈਂਟਸ ਮੈਨੂੰ ਕਾਲ ਕਰਦੇ ਹੈ, ਈਵਨ ਮੈਂ ਲਾਈਵ ਸ਼ੋਅ 'ਚ ਵੀ ਕਾਲਸ ਅਟੈਂਡ ਕੀਤੀਆਂ ਕਿ ਸਾਨੂੰ ਸਾਡੇ ਕੰਸਲਟੈਂਟ 10 ਲੱਖ ਸ਼ੋਅ ਕਰਨ ਨੂੰ ਕਹਿ ਰਹੇ ਹੈ, 15 ਲੱਖ ਸ਼ੋਅ ਕਰਨ ਨੂੰ ਕਹਿ ਰਹੇ ਹੈ। ਮੈਂ ਇਹ ਸਾਰਿਆਂ ਨੂੰ ਕਲੀਅਰ ਕਰਦਾ ਕਿ ਕੋਈ ਵੀ ਫੰਡ ਦੀ ਰਿਕੁਆਇਰਮੈਂਟ ਨਹੀਂ ਹੈਗੀ ਕੈਨੇਡੀਅਨ ਸਟੂਡੈਂਟ ਵੀਜ਼ਾ ਵਿੱਚ। ਤਾਂ ਫਿਰ ਕਿਹੜੇ ਫੰਡਸ ਦੀ ਗੱਲ ਕੀਤੀ ਗਈ ਹੈ 2-stage ਵੀਜ਼ਾ ਪ੍ਰੋਸੈਸ 'ਚ, ਜਾਂ ਫਿਰ ਕੈਨੇਡੀਅਨ ਸਟੂਡੈਂਟ ਵੀਜ਼ਾ ਲੈਣ ਲਈ ਕਿਹੜੇ ਫੰਡਸ ਦੀ ਗੱਲ ਕੀਤੀ ਗਈ ਹੈ? ਸੋ ਜਿਹੜੇ ਜਿਹੜੇ ਫੰਡਸ ਦੀ ਗੱਲ ਕੀਤੀ ਗਈ ਹੈ ਉਹ ਆਪਾਂ ਵਾਰੀ ਵਾਰੀ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਫੰਡਸ ਦੇ ਡਾਕੂਮੈਂਟ ਵਿੱਚ ਆ ਜਾਂਦਾ GIC ਸਰਟੀਫਿਕੇਟ। ਜੇ ਤੁਸੀਂ GIC ਸਰਟੀਫਿਕੇਟ ਹੈਗਾ ਤੁਹਾਡੇ ਕੋਲ, ਦੈਟ ਮੀਨਸ ਤੁਹਾਡੇ ਕੋਲ ਫੰਡਸ ਹੈਗੇ ਹੈ ਟੂ ਕਵਰ ਯੋਰ ਲਿਵਿੰਗ ਕੋਸਟ ਇਨ ਕੈਨੇਡਾ। ਸੋ ਸਭ ਤੋਂ ਇੰਪੋਰਟੈਂਟ ਰਹੇਗਾ GIC ਸਰਟੀਫਿਕੇਟ। ਸੈਕਿੰਡਲੀ, ਬੈਂਕ ਸਟੇਟਮੈਂਟ ਆਫ ਯੋਰ ਪੇਰੈਂਟਸ, ਮਦਰ, ਫਾਦਰ ਔਰ ਗ੍ਰੈਂਡ ਪੇਰੈਂਟਸ। ਸੋ ਬੈਂਕ ਸਟੇਟਮੈਂਟਸ, ਮੈਂ ਇਹ ਨਹੀਂ ਕਹਿ ਰਿਹਾ ਕਿ ਬੈਂਕ ਸਟੇਟਮੈਂਟ ਵਿੱਚ 10 ਲੱਖ ਹੋਣਾ ਜ਼ਰੂਰੀ ਹੈ, 15 ਲੱਖ ਹੋਣਾ ਜ਼ਰੂਰੀ ਹੈ। ਜੋ ਵੀ ਐਕਚੁਅਲ 'ਚ ਬੈਂਕ ਸਟੇਟਮੈਂਟਸ ਹੈਗੀਆਂ ਤੁਹਾਡੇ ਪੇਰੈਂਟਸ ਦੀਆਂ, ਉਹਦੀ ਇੱਕ ਕਾਪੀ ਤੁਹਾਨੂੰ ਆਪਣੇ ਫਾਈਲ 'ਚ ਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਚਾਹੇ ਤੁਸੀਂ STS ਅਪਲਾਈ ਕਰੋ, ਚਾਹੇ ਤੁਸੀਂ ਨੋਨ STS ਅਪਲਾਈ ਕਰੋ। ਪ੍ਰੋਵੀਡੈਂਟ ਫੰਡ PPF ਜਾਂ ਫਿਰ ਗੌਰਮੈਂਟ ਪ੍ਰੋਵੀਡੈਂਟ ਫੰਡ, ਜੇ ਤੁਹਾਡੇ ਫਾਦਰ ਮਦਰ ਗੌਰਮੈਂਟ ਇੰਪਲੋਈ ਹੈ ਤਾਂ GPF ਦੀ ਕਾਪੀ ਵੀ ਨਾਲ ਜ਼ਰੂਰ ਲਗਾਓ। ਇਨਕਮ ਟੈਕਸ ਰਿਟਰਨਸ, ਤੁਹਾਡੇ ਪੇਰੈਂਟਸ ਦੀਆਂ ਇਨਕਮ ਟੈਕਸ ਰਿਟਰਨਸ ਜਾਂ ਜਮ੍ਹਾਂਬੰਦੀ ਫਰਜ਼ ਤੁਸੀਂ ਆਪਣੀ ਜ਼ਰੂਰ ਨਾਲ ਲਾਓ, ਜਿਹੜੀ ਕਿ ਜਿੱਥੋਂ ਵੈਲੂਏਸ਼ਨ ਹੋ ਸਕੇ ਕਿ ਤੁਹਾਡੀ ਕਿੰਨੀ ਖੇਤੀਬਾੜੀ ਹੈਗੀ ਹੈ। ਸੋ ਇਨਕਮ ਟੈਕਸ ਰਿਟਰਨਸ ਜ਼ਰੂਰੀ ਹੈ ਤੁਹਾਡੇ ਕੈਨੇਡੀਅਨ ਸਟੂਡੈਂਟ ਵੀਜ਼ਾ ਲਈ। CA ਰਿਪੋਰਟ, ਸੋ ਜਦੋਂ ਅਸੀਂ ਸਾਰੇ ਡਾਕੂਮੈਂਟਸ ਲਾਉਂਦੇ ਹਾਂ, ਇਨਕਮ ਟੈਕਸ ਰਿਟਰਨਸ, ਵੈਲੂਏਸ਼ਨ ਰਿਪੋਰਟਸ ਐਂਡ ਸਾਰੇ ਡਾਕੂਮੈਂਟਸ ਲਾਉਂਦੇ ਹਾਂ, ਤਾਂ CA ਇੱਕ ਰਿਪੋਰਟ ਬਣਾ ਕੇ ਦਿੰਦਾ ਜਿਹੜੀ ਕਿ ਲਾਉਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਤੁਹਾਡੀ ਨੈੱਟਵਰਥ ਪਤਾ ਲੱਗਣ ਲਈ। ਵੈਲੂਏਸ਼ਨ ਰਿਪੋਰਟ ਆਫ ਪ੍ਰੋਪਰਟੀ, ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਡਾਕੂਮੈਂਟਸ ਮੈਂ ਤੁਹਾਡੇ ਨਾਲ ਮੈਂਸ਼ਨ ਕਰਾਂਗਾ, ਇਹ ਸਾਰੇ ਹੀ CA ਰਿਪੋਰਟ 'ਚ ਮੈਂਸ਼ਨ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਵੈਲੂਏਸ਼ਨ ਰਿਪੋਰਟ ਆਫ ਯੋਰ ਪ੍ਰੋਪਰਟੀ, ਤੁਹਾਡੇ ਕੋਲ ਘਰ ਹੈ ਉਹਦੀ ਵੈਲੂਏਸ਼ਨ, ਤੁਹਾਡੇ ਕੋਲ ਜ਼ਮੀਨ ਹੈ ਉਹਦੀ ਵੈਲੂਏਸ਼ਨ। ਸੋ ਵੈਲੂਏਸ਼ਨ ਰਿਪੋਰਟ ਆਫ ਯੋਰ ਪ੍ਰੋਪਰਟੀ ਜਿਹੜਾ ਕਿ CA ਆਪਣੀ ਰਿਪੋਰਟ ਵਿੱਚ ਲਿਖੇਗਾ। ਸੋ ਐਨੀ ਅਦਰ ਸੋਰਸ ਆਫ ਫੰਡਸ, ਯਾਨੀ ਕਿ ਫਿਕਸ ਡਿਪੋਜ਼ਿਟਸ, ਕੋਈ ਸੋਰਸ ਆਫ ਇਨਕਮ, ਅਡੀਸ਼ਨਲ ਸੋਰਸ ਆਫ ਇਨਕਮ ਜਾਂ ਕੋਈ ਸੇਵਿੰਗਸ ਤੁਹਾਡੀਆਂ ਐਕਸਟਰਾ ਹੈਗੀਆਂ, ਕਿਤੇ ਹੋਰ ਕੀਤੀਆਂ ਹੋਈਆਂ, ਇੰਸ਼ੋਰੈਂਸ ਦੀਆਂ ਕਾਪੀਆਂ। ਸੋ ਇਹ ਸਾਰੇ ਡਾਕੂਮੈਂਟਸ ਲੱਗਣਗੇ ਤੁਹਾਡੇ ਕੈਨੇਡੀਅਨ ਸਟੂਡੈਂਟ ਵੀਜ਼ਾ ਦੀ ਫਾਈਲ ਵਿੱਚ, ਐਂਡ ਦੀਜ਼ ਡਾਕੂਮੈਂਟਸ ਆਰ ਕਾਲਡ ਫੰਡ ਡਾਕੂਮੈਂਟਸ। ਬਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਹੇਗਾ GIC ਸਰਟੀਫਿਕੇਟ, ਜਿਹਦੇ ਨਾਲ ਪ੍ਰੂਫ ਹੁੰਦਾ ਕਿ ਤੁਸੀਂ ਆਪਣੇ ਲਿਵਿੰਗ ਕੋਸਟ ਦੇ ਪੈਸੇ ਦਿੱਤੇ ਹੋਏ ਨੇ। ਸੋ ਇਹ ਸਾਰੇ ਡਾਕੂਮੈਂਟਸ ਲਗਾਉਣੇ ਨਾ ਭੁੱਲਿਓ ਆਪਣੀ ਫਾਈਲ ਵਿੱਚ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲੇ ਆਪਣੀ ਫਾਈਲ 'ਚ। ਬਿਲਕੁਲ, ਇੱਥੇ ਸਵਾਲ ਆਏਗਾ ਉਹਨਾਂ ਸਟੂਡੈਂਟਸ ਦਾ ਜਿਨ੍ਹਾਂ ਦੀ SDS ਫਾਈਲ ਹੈ। ਸੋ ਜਿਨ੍ਹਾਂ ਦੀ SDS ਫਾਈਲ ਹੈ ਉਹਨਾਂ ਨੂੰ ਵੀ ਮੈਂ ਰਿਕਮੈਂਡ ਕਰਾਂਗਾ ਇਹ ਡਾਕੂਮੈਂਟਸ ਲਗਾਉਣ ਲਈ, ਕਿਉਂਕਿ ਦਾ ਪੋਜ਼ਿਟਿਵ ਰਿਜ਼ਲਟ ਆਏਗਾ ਜਿੰਨੇ ਅੱਛੇ ਡਾਕੂਮੈਂਟਸ ਤੁਹਾਡੀ ਫਾਈਲ 'ਚ ਲੱਗੇ ਹੋਣਗੇ। ਚਾਹੇ SDS ਕੇਸ ਦੀ ਰਿਕੁਆਇਰਮੈਂਟ ਨਹੀਂ ਹੈਗੀ ਇਹਨਾਂ ਡਾਕੂਮੈਂਟਸ ਦੀ, ਪਰ ਫਿਰ ਵੀ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਕਿ ਇਹ ਆਪਣੇ ਡਾਕੂਮੈਂਟਸ ਜ਼ਰੂਰ ਆਪਣੇ ਕੈਨੇਡੀਅਨ ਸਟੂਡੈਂਟ ਵੀਜ਼ਾ ਦੀ ਫਾਈਲ ਵਿੱਚ ਲਾਓ। ਸੋ ਅੱਜ ਦੇ ਲਈ ਇੰਨਾ ਹੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ, ਜੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 90413-90412 'ਤੇ, ਔਰ ਤੁਸੀਂ ਈਮੇਲ ਭੇਜ ਸਕਦੇ ਹੋ info@landmarkimmigration.com 'ਤੇ। ਸੋ ਆਈ ਵਿਲ ਪਰਸਨਲੀ ਅਸੈਸ ਯੋਰ ਪ੍ਰੋਫਾਈਲ ਐਂਡ ਗੈਟ ਬੈਕ ਟੂ ਯੂ ਵਿਦ ਦ ਪੋਸੀਬਲ ਐਂਡ ਪੋਜ਼ਿਟਿਵ ਸੋਲਿਊਸ਼ਨ। ਥੈਂਕ ਯੂ ਸੋ ਮੱਚ।